Terima mm. kasih. Thank <laughs> you. ਹੈਲੋ ਬੇਟਾ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋਲ ਗ੍ਰੇਟ ਥੈਂਕ ਯੂ ਫॉर ਯੂਰ ਰਿਸਪਾਂਸ ਅੱਜ ਆਪਾਂ ਪਲੱਸ 2 ਕੰਪਿਊਟਰ ਸਾਇੰਸ ਵਿਸ਼ੇ ਦੇ ਕੁਝ ਕੁਐਸਚਨ ਆਨਸਰਸ ਡਿਸਕਸ ਕਰਾਂਗੇ ਜਿਹੜੇ ਐਗਜ਼ਾਮ ਪੁਆਇੰਟ ਆਫ View ਨਾਲ ਬੜੇ ਇੰਪੋਰਟੈਂਟ ਹੈ ਸੋ ਜਿਹੜੇ ਸਟੂਡੈਂਟਸ ਆਪਣੇ ਨਾਲ ਜੁੜ ਚੁੱਕੇ ਆ ਥੈਂਕ ਯੂ ਵੈਰੀ ਮਚ class attend ਕਰਨ ਲਈ ਸੋ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇਖ ਸਕਦੇ ਹੋ ਇੱਕ ਮੈਂ ਲਿੰਕ ਪਾਇਆ ਹੋਇਆ ਆ ਜਦੋਂ ਤੁਸੀਂ ਉਸ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ Google Drive ਖੁੱਲੇਗੀ Google Drive ਵਿੱਚ ਮੈਂ ਕਾਫੀ ਸਾਰੇ PDF ਫਾਈਲਸ ਨੋਟਸ ਤਿਆਰ ਕਰਕੇ ਰੱਖੇ ਹੋਏ ਆ ਇਹ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਵਿੱਚੋਂ ਅਸੀਂ ਅੱਜ ਇੱਕ ਪੀਡੀਐਫ ਜਿਹੜੀ ਕਿ ਹੈ 12th mark 4 underscore 6 ਕੁਐਸਚਨ ਆਨਸਰਸ ਇਸ ਪੀਡੀਐਫ ਨੂੰ ਡਿਸਕਸ ਕਰਾਂਗੇ ਥੋੜੇ ਜਿਹਾ ਟਾਈਮ ਲਈ ਤੁਸੀਂ ਇਸ ਨੂੰ ਡਬਲ ਕਲਿੱਕ ਕਰਕੇ ਜਾਂ ਡਬਲ ਟੈਪ ਕਰਕੇ ਓਪਨ ਕਰ ਲਓ ਜਾਂ ਰਾਈਟ ਕਲਿੱਕ ਕਰਕੇ ਜੇਕਰ ਕੰਪਿਊਟਰ ਤੇ ਹੋ ਤਾਂ ਤੁਸੀਂ ਪ੍ਰੀਵਿਊ ਕਰ ਸਕਦੇ ਹੋ ਅਪੈਨ ਨੂੰ ਡਬਲ ਕਲਿੱਕ ਕਰਦੇ ਆ ਮੈਂ ਜ਼ੂਮ ਕਰ ਲੈਂਦਾ ਹੈਗਾ ਇਸ ਨੂੰ ਅਸੀਂ ਡਿਸਕਸ ਕਰਾਂਗੇ ਤੁਸੀਂ ਇਹਨਾਂ ਫਾਈਲਜ਼ ਨੂੰ ਜਿਹੜੀ ਇਹ ਲਾਈਵ ਸਟ੍ਰੀਮ ਹੋ ਰਹੀ ਹੈ ਇਸ ਦੀ ਡਿਸਕ੍ਰਿਪਸ਼ਨ ਵਿੱਚੋਂ PDF ਨੂੰ ਡਾਊਨਲੋਡ ਕਰ ਸਕਦੇ ਹੋ ਜਾਂ ਓਪਨ ਕਰਕੇ ਦੇਖ ਸਕਦੇ ਹੋ ਸੋ ਤੁਸੀਂ ਦੇਖੋਗੇ ਕਿ ਮੈਂ ਇਸ ਵਿੱਚ ਸਾਰੇ ਕੁਐਸਚਨਸ ਪੰਜਾਬੀ ਵਿੱਚ ਟਾਈਪ ਕੀਤੇ ਹੋਏ ਆ ਚੈਪਟਰ ਵੀ ਲਿਖਿਆ ਹੈ ਪਹਿਲਾ ਕੁਐਸਚਨ ਆਉਂਦੇ ਆ 4 4 ਨੰਬਰ ਵਾਲੇ ਫਿਰ ਕੁਐਸਚਨਸ ਆਉਂਦੇ ਆ 6 6 ਨੰਬਰ ਵਾਲੇ ਜਿੱਦਾਂ ਕਿ ਚੈਪਟਰ 3 ਤੋਂ ਸਟਾਰਟ ਹੁੰਦੇ ਆ 6 ਮਾਰਕਸ ਵਾਲੇ ਚੈਪਟਰ 3 ਤੇ ਫਿਰ ਚੈਪਟਰ 7 ਜਿਸ ਤਰ੍ਹਾਂ ਅਸੀਂ ਰੈਂਡਮਲੀ ਕੁਐਸਚਨ ਸਿੱਖਾਂਗੇ ਤਾਂ ਕਿ ਸਾਡੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਹੋ ਸਕੇ ਜਿਸ ਤਰ੍ਹਾਂ ਕਿ ਪਹਿਲਾ ਕੁਐਸਚਨ ਹੈ ਸੇਵਾ ਕੇਂਦਰਾ ਜਾਂ ਸੁਵਿਧਾ ਕੇਂਦਰਾ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸੂਚੀ ਬਣਾਓ ਮੈਂ ਹੋਰ ਜ਼ੂਮ ਕਰ ਦਿੰਦਾ ਇਸ ਨੂੰ ਚੈਪਟਰ 7 ਦਾ ਕੁਐਸਚਨ ਹੈ ਸੇਵਾ ਸੁਵਿਧਾ ਕੇਂਦਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸੂਚੀ ਬਣਾਓ ਸੋ ਇਹ ਕਿਹੜੀਆਂ-ਕਿਹੜੀਆਂ ਸੇਵਾਵਾਂ ਨੇ ਰਿਹਾਈ ਸ਼ੀ ਸਰਟੀਫਿਕੇਟ ਜਾਰੀ ਕਰਨਾ ਜਿਹਨੂੰ ਆਪਾਂ ਡੋਮਿਸਾਈਲ ਸਰਟੀਫਿਕੇਟ ਜਾਂ ਰੈਜ਼ੀਡੈਂਸ ਸਰਟੀਫਿਕੇਟ ਬੋਲਦੇ ਆ ਜਾਤੀ ਸਰਟੀਫਿਕੇਟ ਕਾਸਟ ਸਰਟੀਫਿਕੇਟ ਅਸੀਂ ਬਣਾਉਂਦੇ ਆ ਵਜੀਫੇ ਲਈ ਜ਼ਰੂਰਤ ਹੁੰਦੀ ਹੈ ਜਾਂ ਰਿਜ਼ਰਵੇਸ਼ਨ ਲਈ ਜ਼ਰੂਰਤ ਹੁੰਦੀ ਹੈ ਅਮ ਦਨ ਸਰਟੀਫਿਕੇਟ ਬਣਾਉਂਦੇ ਆ ਸਕਾਲਰਸ਼ਿਪ ਲਈ ਵਜੀਫੇ ਲਈ ਜ਼ਰੂਰਤ ਹੁੰਦੀ ਹੈ ਵਹੀਕਲ ਰਜਿਸਟ੍ਰੇਸ਼ਨ ਜ਼ਮੀਨ ਦੀਆਂ ਰਜਿਸਟਰੀਆਂ ਇੰਤਕਾਲ ਫਰਦਾਂ ਦੀਆਂ ਨਕਲਾਂ ਲਈ ਅਸਲੇ ਦਾ ਲਾਇਸੈਂਸ ਰੀਨਿਊ ਕਰਵਾਉਣ ਲਈ ਅਸਲਾ ਜਿਵੇਂ ਵੈਪਨ ਹੁੰਦੇ ਆਪਣੇ ਕੋਲੇ ਕੋਈ ਰਿਵਾਲਵਰ ਹੈ ਕੋਈ ਬੰਦੂਕ ਹੈ ਅਸਲਾ ਬੋਲਦੇ ਉਸ ਨੂੰ ਅਸਲੇ ਦਾ ਲਾਇਸੈਂਸ ਰੀਨਿਊ ਕਰਵਾਉਣਾ ਹੋਵੇ ਜਨਮ ਅਤੇ ਮੌਤ ਦਾ ਸਰਟੀਫਿਕੇਟ ਜਾਰੀ ਕਰਵਾਉਣ ਸੰਬੰਧੀ ਡਰਾਈਵਿੰਗ ਲਾਇਸੈਂਸ ਤੋਂ ਹਿੱ SO ਇਹ ਅੱਠ ਤਰ੍ਹਾਂ ਦੀਆਂ ਜਿਹੜੀ ਆਪਾਂ ਸੁਵਿਧਾ ਇਸ ਅੰਸਰ ਚ ਲਿਖਿਆ ਨੇ ਹੋਰ ਵੀ ਸੁਵਿਧਾ ਆਮਾ ਨੇ ਹੋਰ ਵੀ ਸੇਵਾ ਆਮਾ ਨੇ ਪਰ ਅਸੀਂ ਅੱਠ ਤਰ੍ਹਾਂ ਦਾ ਆਪਣੇ ਅੰਸਰ ਵਿੱਚ ਲਿਖਿਆ ਆ ਰਿਹਾਇਸ਼ੀ ਸਰਟੀਫਿਕੇਟ ਜਾਤੀ ਸਰਟੀਫਿਕੇਟ ਆਮਦਨ ਸਰਟੀਫਿਕੇਟ ਵਾਹਨ ਰਜਿਸਟ੍ਰੇਸ਼ਨ ਜ਼ਮੀਨ ਦੇ ਰਜਿਸਟਰੀਆਂ ਇੰਤਕਾਲ ਦੀਆਂ ਨਕਲਾਂ ਅਸਲੇ ਦਾ ਲਾਇਸੈਂਸ ਰੀਨਿਊ ਕਰਾਉਣਾ ਜਨਮ ਅਤੇ ਮੌਤ ਦਾ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਹੁਣ ਇੱਕ ਕੁਐਸਚਨ ਹੈ ਈ ਗਵਰਨੈਂਸ ਤੋਂ ਕੀ ਭਾਵ ਹੈ ਇਸਦੀ ਕਾਰਜ ਪ੍ਰਣਾਲੀ ਬਾਰੇ ਸਮਝਾਓ ਈ ਗਵਰਨੈਂਸ ਇਲੈਕਟ੍ਰੋਨਿਕ ਗਵਰਨੈਂਸ ਜਦੋਂ ਸਰਕਾਰ ਆਪਣੀਆਂ ਸੁਵਿਧਾਵਾਂ ਆਪਣੇ ਕੰਮਕਾਜ ਲੋਕਾਂ ਤੱਕ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਪਹੁੰਚਾਉਂਦੀ ਹੈ ਜਿੱਥੇ ਇਲੈਕਟ੍ਰੋਨਿਕ ਵਰਡ ਆ ਗਿਆ ਉੱਥੇ ਸਮਝੋ ਕੰਪਿਊਟਰ ਦੀ ਗੱਲ ਹੋ ਰਹੀ ਹੈ ਮੋਬਾਈਲ ਦੀ ਗੱਲ ਹੋ ਰਹੀ ਹੈ ਸੋ ਈ ਗਵਰਨੈਂਸ ਗਵਰਨੈਂਸ ਦਾ ਮਤਲਬ ਹੈ ਰਾਜ ਕਰਨਾ ਗਵਰਨ ਕਰਨਾ ਈ ਗਵਰਨੈਂਸ ਇਲੈਕਟ੍ਰੋਨਿਕ ਗਵਰਨੈਂਸ ਈ ਗਵਰਨਨ ਨੂੰ ਈ ਗਵਰਨੈਂਸ ਨੂੰ ਇਲੈਕਟ੍ਰੋਨਿਕ ਗਵਰਨੈਂਸ ਵੀ ਕਿਹਾ ਜਾਂਦਾ ਹੈ ਇਸ ਵਿੱਚ ਸਰਕਾਰੀ ਸੇਵਾਵਾਂ ਸਕੀਮਾਂ ਆਦ ਨੂੰ ਆਸਾਨ ਅਤੇ ਸਸਤੇ ਤਰੀਕੇ ਨਾਲ ਬਿਹਤਰ ਬਣਾਉਣ ਲਈ ਇਲੈਕਟ੍ਰੋਨਿਕ ਸੰਚਾਰ ਟੈਕਨੋਲੋਜੀਆਂ ਜਿਵੇਂ ਕਿ ਇੰਟਰਨੈਟ ਅਤੇ ਆਈਸੀਟੀ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਇਹਦੇ ਵਿੱਚ ਇੰਟਰਨੈਟ, ਮੋਬਾਈਲ, ਕੰਪਿਊਟਰ, ਲੈਪਟਾਪ ਆਦ ਦੀ ਵਰਤੋਂ ਕੀਤੀ ਜਾਂਦੀ ਹੈ। ਵੈੱਬਸਾਈਟਸ ਦੀ ਵਰਤੋਂ ਕੀਤੀ ਜਾਂਦੀ ਹੈ, ਮੋਬਾਈਲ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ, ਸੌਫਟਵੇਅਰਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਡਿਜੀਟਲ ਡਿਵਾਈਸ ਜਿਵੇਂ ਮੋਬਾਈਲ ਕੰਪਿਊਟਰ ਆਦ ਦੇ ਨਾਲ ਵੈਬਸਾਈਟਸ ਈਮੇਲ ਸੌਫਟਵੇਅਰ ਆਦ ਐਪਸ ਵੀ ਸ਼ਾਮਿਲ ਹੁੰਦੀਆਂ ਨੇ ਇਸ ਵਿੱਚ ਸਮੁੱਚੇ ਸਰਕਾਰੀ ਕਾਰਜਾਂ ਦਾ ਡਿਜੀਟਾਈਜੇਸ਼ਨ ਅਤੇ ਆਟੋਮੇਸ਼ਨ ਸ਼ਾਮਿਲ ਹੈ ਡਿਜੀਟਾਈਜੇਸ਼ਨ ਦਾ ਮਤਲਬ ਹੁੰਦਾ ਹੈ ਕਿਸੇ ਡਾਟੇ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਣਾ ਜਦੋਂ ਅਸੀਂ ਉਸ ਕਾਗਜ਼ ਨੂੰ ਜਾਂ ਡਾਕੂਮੈਂਟ ਨੂੰ ਜਾਂ ਉਸ ਇਮੇਜ ਨੂੰ ਅਸੀਂ ਇਲੈਕਟ੍ਰੋਨਿਕ ਫਾਰਮ ਚ ਕਨਵਰਟ ਕਰ ਲੈਂਦੇ ਹਾਂ ਉਹਨੂੰ ਡਿਜੀਟਾਈਜੇਸ਼ਨ ਕਰਨਾ ਕਹਿੰਦੇ ਨੇ ਇਹ ਵਰਣਨ ਹੈ ਤਾ ਉਹ ਦੇਸ਼ ਸਰਕਾਰੀ ਕਾਰਜਾਂ ਅਤੇ ਸਰਕਾਰੀ ਜਾਣਕਾਰੀਆਂ ਨੂੰ ਸਰਲ ਅਤੇ ਸਚਾਰੂ ਬਣਾਉਣਾ ਅਤੇ ਨਾਗਰੀਆਂ ਤੱਕ ਆਸਾਨੀ ਨਾਲ ਪਹੁੰਚਾਉਣਾ ਹੈ। ਸੋ ਇਸ ਦੀ ਕਾਰਜ ਪ੍ਰਣਾਲੀ ਕੀ ਹੈ? ਪੰਜ ਤਰ੍ਹਾਂ ਦੀ ਹੈ। ਸਰਕਾਰ ਤੋਂ ਸਰਕਾਰ G2G ਗਵਰਨਮੈਂਟ ਟੂ ਗਵਰਨਮੈਂਟ G2C ਸਰਕਾਰ ਤੋਂ ਨਾਗਰਿਕ ਗਵਰਨਮੈਂਟ ਟੂ ਸਿਟੀਜ਼ਨ G2B ਸਰਕਾਰ ਤੋਂ ਵਪਾਰ ਗਵਰਨਮੈਂਟ ਟੂ ਬਿਜ਼ਨਸ G2E ਸਰਕਾਰ ਤੋਂ ਕਰਮਚਾਰੀ government to employee G2N government to NGO NGO ਜਿਹੜੀਆਂ ਇਹ ਇਦਾਂ ਦੀ ਆਰਗੇਨਾਈਜੇਸ਼ਨ ਹੁੰਦੀਆਂ ਨੇ ਜਿਹੜੀਆਂ ਸਰਕਾਰੀ ਨਹੀਂ ਹੁੰਦੀਆਂ ਪਰ ਇਹ ਲੋਕਾਂ ਦੇ ਭਲੇ ਲਈ ਕੁਝ ਨਾ ਕੁਝ ਕੰਮ ਕਰਦੀਆਂ ਨੇ ਸੋ e ਗਵਰਨੈਂਸ ਤੋਂ ਭਾਵ ਹੈ ਇਲੈਕਟ੍ਰੋਨਿਕ ਵੇ ਨਾਲ ਗਵਰਨ ਕਰਨਾ ਗਵਰਨੈਂਸ ਚਲਾਉਣੀ ਰਾਜ ਚਲਾਉਣਾ ਇਨੂੰ ਇਲੈਕਟ੍ਰੋਨਿਕ ਗਵਰਨੈਂਸ ਕਿਹਾ ਜਾਂਦਾ ਹੈ ਇਸ ਵਿੱਚ ਸਰਕਾਰੀ ਸੇਵਾਵਾਂ ਸਕੀਮਾਂ ਨੂੰ ਡਿਜੀਟਲ ਤਰੀਕੇ ਨਾਲ ਪਾਵਸਾਨ ਤੇ ਸੌਖੇ ਤੇ ਸਸਤੇ ਤਰੀਕੇ ਨਾਲ ਇਲੈਕਟ੍ਰੋਨਿਕ ਸੰਚਾਰ ਟੈਕਨੋਲੋਜੀਜ਼ ਜਿਵੇਂ ਇੰਟਰਨੈਟ ਅਤੇ ਆਈਸੀਟੀ ਦੀ ਵਸਤੂ ਕਰਕੇ ਲੋਕਾਂ ਤੱਕ ਪਹੁੰਚਾਉਣਾ ਇਸ ਦੇ ਵਿੱਚ ਕੰਪਿਊਟਰ ਮੋਬਾਈਲ ਵੈਬਸਾਈਟਸ ਈਮੇਲ ਸੌਫਟਵੇਅਰ ਐਪਸ ਮੋਬਾਈਲ ਐਪਸ ਵੀ ਸ਼ਾਮਲ ਹੁੰਦੀਆਂ ਹਨ ਸੋ ਜੀ ਟੂ ਜੀ ਜੀ ਟੂ ਸੀ ਜੀ ਟੂ ਬੀ ਜੀ ਟੂ ਈ ਜੀ ਟੂ ਐਨ ਇਹ ਦੀ ਕਾਰਜ ਪ੍ਰਣਾਲੀ ਹੈ ਆਧਾਰ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਿਆਖਿਆ ਕਰੋ ਆਧਾਰ ਸਾਨੂੰ ਪਤਾ ਹੀ ਹੈ ਆਧਾਰ ਕਾਰਡ 12 ਨੰਬਰਾਂ ਦਾ ਇਹ 12 ਅੰਕਾਂ ਦਾ ਇਹ ਇੱਕ ਨੰਬਰ ਹੁੰਦਾ ਹੈ ਜਿਹੜਾ ਭਾਰਤ ਸਰਕਾਰ ਦੁਆਰਾ ਭਾਰਤ ਦੇ ਵਸਿੰਦੇ ਭਾਰਤ ਦੇ ਸਿਟੀਜ਼ਨ ਭਾਰਤ ਦੇ ਨਾਗਰਿਕ ਨੂੰ ਜਾਰੀ ਕੀਤਾ ਜਾਂਦਾ ਹੈ ਆਧਾਰ ਇੱਕ 12 ਅੰਕਾਂ ਵਾਲਾ ਯੂਨੀਕ ਨੰਬਰ ਹੁੰਦਾ ਹੈ ਮਤਲਬ ਇੱਕੋ 12 ਅੰਕ ਵਾਲਾ ਨੰਬਰ ਕਿਸੇ ਹੋਰ ਭਾਰਤੀ ਦਾ ਨਹੀਂ ਹੋਊਗਾ ਇੱਕ ਭਾਰਤੀ ਨੂੰ ਭਾਰਤ ਦੇਸ਼ 'ਚ ਰਹਿਣ ਵਾਲੇ ਨੂੰ ਅਲੱਗ 12 ਅੰਕਾਂ ਦਾ ਨੰਬਰ ਮਿਲੂਗਾ ਯੂਨੀਕ ਹੁੰਦਾ ਵਿਲੱਖਣ ਦਾ ਮਤਲਬ ਹੈ ਯੂਨੀਕ ਜਿੱਦਾਂ ਰੋਲ ਨੰਬਰ ਕਲਾਸ 'ਚ ਯੂਨੀਕ ਹੁੰਦਾ ਆਧਾਰ ਇੱਕ 12 ਅੰਕਾਂ ਵਾਲਾ ਵਿਲੱਖਣ ਪਛਾਣ ਨੰਬਰ ਹੈ ਇਹ ਭਾਰਤ ਸਰਕਾਰ ਦੁਆਰਾ ਭਾਰਤ ਦੇ ਵਸਨੀਕਾਂ ਨੂੰ ਜਾਰੀ ਕੀਤਾ ਜਾਂਦਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਬਾਇਓਮੈਟ੍ਰਿਕ ਆਈਡੀ ਸਿਸਟਮ ਹੈ ਬਾਇਓਮੈਟ੍ਰਿਕ ਹੁੰਦਾ ਇਹਦੇ ਵਿੱਚ ਸਾਡੇ ਫਿੰਗਰਪ੍ਰਿੰਟਸ ਹੁੰਦੇ ਆ ਅੱਖਾਂ ਦਾ ਸਕੈਨ ਕੀਤਾ ਜਾਂਦਾ ਹੈ ਸਾਨੂੰ ਆਇਡੈਂਟੀਫਾਈ ਕਰਨ ਲਈ ਸੋ ਇਸ ਨੂੰ ਬਾਇਓਮੈਟ੍ਰਿਕ ਆਈਡੀ ਸਿਸਟਮ ਵੀ ਕਹਿੰਦੇ ਨੇ ਆਈਡੀ ਦਾ ਮਤਲਬ ਹੈ ਆਇਡੈਂਟੀਫਿਕੇਸ਼ਨ ਸਿਸਟਮ ਦੁਨੀਆ ਦਾ ਸਭ ਤੋਂ ਵੱਡਾ ਕਿਉਂਕਿ ਸਾਡੇ ਦੇਸ਼ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ ਤੇ ਸਭ ਤੋਂ ਵੱਧ ਲੋਕਾਂ ਨੂੰ ਆਧਾਰ ਕਾਰਡ ਜਾਰੀ ਹੋਇਆ ਹੋਇਆ ਆ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਬਾਇਓਮੈਟ੍ਰਿਕ ਆਈਡੀ ਸਿਸਟਮ ਬਣ ਜਾਂਦਾ ਹੈ ਇਹ ਸਰਕਾਰਾਂ ਦੁਆਰਾ ਚਲਾਈਆਂ ਜਾਂਦੀਆਂ ਅਲੱਗ-ਅਲੱਗ ਸਕੀਮਾਂ ਦੇ ਲਾਭ ਲੈਣ ਲਈ ਪਛਾਣ ਦੇ ਸਬੂਤ ਵਜੋਂ ਪ੍ਰਬੰਾਨ ਕੀਤਾ ਜਾਂਦਾ ਹੈ ਪ੍ਰੂਫ ਆਫ ਆਈਡੈਂਟੀਟੀ ਪ੍ਰੂਫ ਆਫ ਰੈਜ਼ਿਡੈਂਸ ਪੋਆਈ ਪੋਏ ਪ੍ਰੂਫ ਆਫ ਐਡਰੈਸ ਪ੍ਰੂਫ ਆਫ ਆਈਡੈਂਟੀਟੀ ਆਧਾਰ ਕਾਰਡ ਨੂੰ ਅਸੀਂ ਸਬੂਤ ਦੇ ਤੌਰ ਤੇ ਵਰਤ ਸਕਦੇ ਹਾਂ ਜਿੱਥੇ ਕਿਤੇ ਅਸੀਂ ਕੋਈ ਆਪਣਾ ਸਬੂਤ ਲਾਉਣਾ ਹੋਵੇ ਆਪਣੀ ਆਈਡੈਂਟੀਟੀ ਆਪਣੀ ਪਛਾਣ ਨੂੰ ਪ੍ਰਮਾਣ ਕਰਨ ਲਈ ਤਾਂ ਉੱਥੇ ਅਸੀਂ ਇਸ ਨੂੰ ਪਛਾਣ ਦੇ ਸਬੂਤ ਵਜੋਂ ਵਰਤਦੇ ਆਂ ਇਸ ਨੂੰ ਅਸੀਂ ਸਰਕਾਰ ਦੀ ਵੈਬਸਾਈਟ ਜਾਂ ਮੋਬਾਈਲ ਐਪ ਵਰਤ ਕੇ ਪੀਡੀਐਫ ਫਾਰਮੈਟ ਵਿੱਚ ਡਾਊਨਲੋਡ ਕਰ ਸਕਦੇ ਆਂ ਜਦੋਂ ਸਾਡਾ ਆਧਾਰ ਕਾਰਡ ਬਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੇਕਰ ਅਸੀਂ ਉਸ ਦੀ ਇੱਕ ਕਾਪੀ ਆਪਣੇ ਮੋਬਾਈਲ ਜਾਂ ਕੰਪਿਊਟਰ ਵਿੱਚ ਰੱਖਣਾ ਚਾਹੀਏ ਜਾਂ ਉਸ ਨੂੰ ਪ੍ਰਿੰਟ ਕਰਾਉਣਾ ਚਾਹੀਏ ਤਾਂ ਅਸੀਂ ਸਰਕਾਰ ਦੀ ਵੈਬਸਾਈਟ ਤੋਂ ਜਾਂ ਮੋਬਾਈਲ ਐਪ ਤੋਂ ਇਸ ਨੂੰ ਫ੍ਰੀ ਵਿੱਚ ਡਾਊਨਲੋਡ ਕਰ ਸਕਦੇ ਆ ਇੱਕ ਆਇਡੈਂਟੀਟੀ ਕਾਰਡ ਦੀ ਤਰ੍ਹਾਂ ਇੱਕ ਕਾਰਡ ਦੀ ਤਰ੍ਹਾਂ ਜਿਹਨੂੰ ਅਸੀਂ ਆਪਣੇ ਵਾਲਟ ਪਰਸ ਵਿੱਚ ਰੱਖ ਸਕਦੇ ਆ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਕੇ ਲੈਮੀਨੇਟ ਕਰਵਾ ਕੇ ਰੱਖ ਸਕਦੇ ਆ ਜਾਂ ਅਸੀਂ ਇਹਦੀ ਫਿਜ਼ੀਕਲ ਕਾਪੀ ਵੀ ਆਰਡਰ ਕਰ ਸਕਦੇ ਆ ਸੋ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ ਪਹਿਲਾਂ ਤਾਂ ਵਿਲੱਖਣ ਪਛਾਣ ਹੈ ਯੂਨੀਕ ਆਇਡੈਂਟੀਟੀ ਹੈ ਬਾਇਓਮੈਟ੍ਰਿਕ ਡਾਟਾ ਹੁੰਦਾ ਇਹਦੇ ਵਿੱਚ ਜਨਸੰਖਿਆ ਸੰਬੰਧੀ ਜਾਣਕਾਰੀ ਹੋ ਜਾਂਦੀ ਹੈ ਨਾ ਖਤਮ ਹੋਣ ਵਾਲੀ ਮਿਆਦ ਆਧਾਰ ਕਾਰਡ ਕਦੇ ਐਕਸਪਾਇਰ ਨਹੀਂ ਹੁੰਦਾ ਡिटੇਲਸ ਵਿੱਚ ਬਦਲਾਵ ਭਾਅ ਅਪਡੇਸ਼ਨ ਕਰਵਾ ਸਕਦੇ ਆ ਜੇਕਰ ਕੋਈ ਗਲਤੀ ਹੋਵੇ ਜਾਂ ਅਸੀਂ ਆਪਣਾ ਐਡਰੈਸ ਬਦਲ ਲਈਏ ਜਾਂ ਕੋਈ ਨਾਮ ਚ ਚੇਂਜ ਹੋਵੇ ਜਾਂ ਪੜਨ ਲੱਗੇ ਕੋਈ ਗਲਤੀ ਹੋਈ ਹੋਵੇ ਤਾਂ ਅਸੀਂ ਉਹਦੋਂ ਦਰੁਸਤ ਕਰਵਾ ਸਕਦੇ ਇੱਕ ਨੋਮੀਨਲ ਫੀਸ ਭਰ ਕੇ ਜਦੋਂ ਸ਼ੁਰੂਆਤ ਚ ਅਸੀਂ ਉਧਾਰ ਕਾਰਡ ਬਣਾਉਂਨੇ ਆ ਤਾਂ ਉਦੋਂ ਕੋਈ ਫੀਸ ਨਹੀਂ ਲੱਗਦੀ ਹਾਂ ਬਦਲਾਵ ਕਰਾਉਣ ਲਈ ਜ਼ਰੂਰ ਨੋਮੀਨਲ ਘੱਟ ਤੋਂ ਘੱਟ ਫੀਸ ਲੱਗਦੀ ਹੈ ਸੋ ਇਹ ਆਧਾਰ ਕਾਰਡ ਕੀ ਹੈ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਆਪਣੇ ਸਾਰਿਆਂ ਕੋਲੇ ਆਧਾਰ ਕਾਰਡ ਹੈ ਸਟੂਡੈਂਟਸ ਕੋਲੇ ਤਾਂ ਸਪੈਸ਼ਲੀ ਹੁੰਦਾ ਕਿਉਂਕਿ ਉਹਨਾਂ ਨੇ ਸਕੂਲ ਵਿੱਚੋਂ ਮਿਲਣ ਵਾਲੀਆਂ ਜਿਹੜੀਆਂ ਸਰਕਾਰ ਦੁਆਰਾ ਫ੍ਰੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਵੇਲ ਕਰਨਾ ਹੁੰਦਾ ਜਿਵੇਂ ਕਿ ਸਕਾਲਰਸ਼ਿਪ ਤਾਂ ਉੱਥੇ ਆਧਾਰ ਕਾਰਡ ਦੀ ਕਾਪੀ ਜ਼ਰੂਰ ਲੱਗਦੀ ਹੈ ਨਾਲ ਸੋ ਇਹ ਅਸੀਂ ਇੱਕ ਕੁਐਸਚਨ ਦੇਖਿਆ ਆਧਾਰ ਕਾਰਡ ਕੀ ਹੈ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਈ ਗਵਰਨੈਂਸ ਦੇ ਲਾਭ ਤੇ ਹਾਨੀਆਂ ਕੀ ਨੇ ਕੁਸ਼ਲਤਾ ਪਾਰਦਰਸ਼ਤਾ ਟਰਾਂਸਪੇਰੈਂਸੀ ਹੁੰਦੀ ਹੈ ਜਵਾਬਦੇਹੀ ਹੈ ਅਕਾਊਂਟੇਬਿਲਟੀ ਹੈ ਸਸਤੀ ਹੁੰਦੀ ਹੈ ਇਹ ਕਿਉਂਕਿ ਇਲੈਕਟ੍ਰੋਨਿਕ ਮਾਧਿਅਮ ਯੂਜ਼ ਕੀਤੇ ਜਾਂਦੇ ਆ ਲਾਗਤ ਦੀ ਬਚਤ ਹੁੰਦੀ ਹੈ ਬਿਹਤਰ ਸੇਵਾ ਪ੍ਰਦਾਨ ਹੁੰਦੀ ਹੈ ਅਸੀਂ ਦੇਖ ਸਕਦੇ ਆ ਵੀ ਬਾਰੀ ਬਾਰੀ ਘਰੇ ਬੈਠੇ ਵੀ ਅਸੀਂ ਇਸ ਨੂੰ ਐਕਸੈਸ ਕਰ ਸਕਦੇ ਆ ਡਿਟੇਲ ਚ ਪੜ ਸਕਦੇ ਆ ਸਮਝ ਸਕਦੇ ਆ ਸੁਖਾਲਾ ਕੰਮਕਾਜ ਹੋ ਜਾਂਦਾ ਹੈ ਸਮੇਂ ਦੀ ਬਚਤ ਹੋ ਜਾਂਦੀ ਹੈ ਹਾਨੀਆਂ ਕੀ ਨੇ ਹਲੇ ਸਾਡੇ ਦੇਸ਼ ਵਿੱਚ ਜੋ ਹੈ ਬੁਨਿਆਦੀ ਢਾਂਚੇ ਦੀ ਘਾਟ ਹੈ ਪਾਬ ਹਰ ਬੰਦੇ ਕੋਲੇ ਕੰਪਿਊਟਰ ਨਹੀਂ ਹੈ ਇੰਟਰਨੈਟ ਦੀ ਸਹੂਲਤ ਤੇਜ਼ ਸਪੀਡ ਨਾਲ ਹਰ ਬੰਦੇ ਕੋਲ ਨਹੀਂ ਹੈ ਮੋਬਾਈਲ ਚਲਾਉਣਾ ਜਾਂ ਕੰਪਿਊਟਰ ਚਲਾਉਣਾ ਹਰ ਬੰਦੇ ਨੂੰ ਨਹੀਂ ਆਂਦਾ ਡਿਜੀਟਲ ਡਿਵਾਈਸਸ ਨੂੰ ਵਰਤਣ ਦੀ ਲੋਕਾਂ ਨੂੰ ਘੱਟ ਜਾਣਕਾਰੀ ਹੈ ਹਾਲਾਂਕਿ ਅਸੀਂ ਸਭ ਤੋਂ ਵੱਧ ਇੰਟਰਨੈਟ ਤੇ ਮੋਬਾਈਲ ਡਿਵਾਈਸਸ ਦੇ ਯੂਜ਼ਰਸ ਆ ਦੁਨੀਆ ਵਿੱਚ ਪਰ ਫੇਰ ਵੀ ਹਲੇ ਅੰਗਰੇਜ਼ੀ ਇੰਨੀ ਸਾਡੇ ਜਿਹੜਾ ਹੈ ਪਿੰਡੂ ਖੇਤਰ ਵਿੱਚ ਹਲੇ ਸਮਝ ਨਹੀਂ ਲੱਗ ਰਹੀ ਸੋ ਇਸ ਕਰਕੇ ਡਿਜੀਟਲ ਡਿਵਾਈਸਸ ਨੂੰ ਵਰਤਣ ਦੀ ਲੋਕਾਂ ਨੂੰ ਹਲੇ ਘੱਟ ਜਾਣਚ ਹੈ ਵੀ ਇਲੈਕਟ੍ਰੋਨਿਕ ਗਵਰਨੈਂਸ ਦੀਆਂ ਜਿਹੜੀਆਂ ਸੁਵਿਧਾਾਂ ਹਨ ਉਹਨਾਂ ਨੂੰ ਕਿਵੇਂ ਵਰਤਣਾ ਹੈ ਵੈਬਸਾਈਟਸ ਨੂੰ ਕਿਵੇਂ ਵਰਤਣਾ ਹੈ ਮੋਬਾਈਲ ਐਪਸ ਨੂੰ ਕਿਵੇਂ ਵਰਤਣਾ ਹੈ ਉਹਨਾਂ ਵਿੱਚ ਦਿੱਤੀਆਂ ਹੋਈਆਂ ਸੁਵਿਧਾ ਨੂੰ ਕਿਵੇਂ ਵਰਤਣਾ ਸੋ ਇੱਕ ਕੁਐਸਚਨ ਹੋਰ ਹੈ ਸੰਚਾਰ ਮੋਡ ਕੀ ਹੈ ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ ਸੰਚਾਰ ਮੋਡ ਕੀ ਹੈ ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ ਸੰਚਾਰ ਮੋਡ ਦਾ ਮਤਲਬ ਹੈ ਕਮਿਊਨੀਕੇਸ਼ਨ ਮੋਡ ਮਤਲਬ ਇੱਕ ਡਿਵਾਈਸ ਦੂਜੇ ਡਿਵਾਈਸ ਨਾਲ ਕਿੱਦਾਂ ਕਮਿਊਨੀਕੇਟ ਕਰਦਾ ਹੈ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਿੱਦਾਂ ਟਰਾਂਸਪੋਰਟ ਹੋਏਗਾ ਸੋ ਸੰਚਾਰ ਮੋਡ ਨੈਟਵਰਕਿੰਗ ਵਿੱਚ ਦਰਸਾਉਂਦਾ ਹੈ ਕਿ ਦੋ ਡਿਵਾਈਸਿਸ ਆਪਸ ਵਿੱਚ ਡਾਟਾ ਕਿਸ ਤਰ੍ਹਾਂ ਸੰਚਾਰ ਕਰਨਗੇ ਕਮਿਊਨੀਕੇਟ ਕਰਨਗੇ ਟਰਾਂਸਫਰ ਕਰਨਗੇ ਆਦਾਨ ਪ੍ਰਦਾਨ ਭਾਵ ਸਾਂਝਾ ਸ਼ੇਅਰਿੰਗ ਕਿਵੇਂ ਕਰਨਗੇ ਉਹ ਡਾਟੇ ਦੀ ਸੋ ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ ਸਿੰਪਲੈਕਸ ਹਾਫ ਡੁਪਲੈਕਸ ਫੁੱਲ ਡੁਪਲੈਕਸ ਡੁਪਲੈਕਸ ਦਾ ਮਤਲਬ ਹੈ ਦੋਰਾ ਸਿੰਪਲੈਕਸ ਦਾ ਮਤਲਬ ਹੈ ਇੱਕ ਹਰਾ ਹਾਫ ਡੁਪਲੈਕਸ ਦਾ ਮਤਲਬ ਹੈ ਇੱਕ ਸਾਈਡ ਫੁੱਲ ਡੁਪਲੈਕਸ ਦਾ ਮਤਲਬ ਹੈ ਦੋ ਰਹੀ ਆਪਾਂ ਇਹਨੂੰ ਸਮਝਦੇ ਹਾਂ ਸਿੰਪਲੈਕਸ ਜਿਸ ਵਿੱਚ ਡਾਟਾ ਸਿਰਫ ਇੱਕ ਦਿਸ਼ਾ ਵਿੱਚ ਆ ਜਾ ਸਕਦਾ ਹੈ ਉਦਾਹਰਨ ਕੀਬੋਰਡ ਮੋਨੀਟਰ ਅਸੀਂ ਕੀਬੋਰਡ ਤੋਂ ਡਾਟਾ ਜਿਹੜੇ ਨਾਰਮਲ ਕੀਬੋਰਡ ਨੇ ਸਿੰਪਲ ਕੀਬੋਰਡ ਨੇ ਕੰਪਿਊਟਰ ਦੇ ਜਦੋਂ ਉਹਨਾਂ ਤੋਂ ਕੋਈ ਅਸੀਂ ਕੀ ਪ੍ਰੈਸ ਕਰਦੇ ਆ ਤਾਂ ਉਹਦੀ ਇਨਫਰਮੇਸ਼ਨ ਕੰਪਿਊਟਰ ਵਿੱਚ ਐਂਟਰ ਹੁੰਦੀ ਹੈ ਨਾ ਕਿ ਕੋਈ ਇਨਫਰਮੇਸ਼ਨ ਕੰਪਿਊਟਰ ਤੋਂ ਕੀਬੋਰਡ ਵੱਲ ਜਾਂਦੀ ਹੈ ਸੋ ਡਾਟਾ ਜਿਹੜਾ ਹੈਗਾ ਉਹ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਵਿੱਚ ਹੀ ਜਾਂਦਾ ਹੈ ਦੂਜੀ ਦਿਸ਼ਾ ਤੋਂ ਪਹਿਲੀ ਦਿਸ਼ਾ ਵੱਲ ਨਹੀਂ ਆਂਦਾ ਮੋਨੀਟਰ ਮੋਨੀਟਰ ਸਿਰਫ ਜਿਹੜਾ ਡਾਟਾ ਡਿਸਪਲੇ ਕਰਦਾ ਮੋਨੀਟਰ ਚ ਕੋਈ ਇਨਪੁਟ ਜਿਹੜੇ ਨਾਰਮਲ ਕੰਪਿਊਟਰ ਦੇ ਮੋਨੀਟਰ ਨੇ ਸਕਰੀਨਸ ਨੇ ਨਾਰਮਲ ਟੱਚ ਸਕਰੀਨਸ ਨਹੀਂ ਨਾਰਮਲ ਉਹਨਾਂ ਵਿੱਚੋਂ ਜਿਹੜਾ ਉਹਨਾਂ ਵਿੱਚ ਡਾਟਾ ਭੇਜਿਆ ਹੀ ਜਾਂਦਾ ਜਿਹੜਾ ਉਹ ਸਕਰੀਨ ਤੇ ਫੋਟੋ ਦਿਖਾਉਂਦੇ ਨੇ ਗ੍ਰਾਫਿਕਸ ਦਿਖਾਉਂਦੇ ਆ ਵੀਡੀਓ ਦਿਖਾਉਂਦੇ ਆ ਉਹਨਾਂ ਵਿੱਚੋਂ ਕੋਈ ਨਹੀਂ ਜਾਂਦਾ ਸੋ ਇੱਕ ਦਿਸ਼ਾ ਵਿੱਚ ਹੀ ਡਾਟਾ ਜਾ ਸਕਦਾ ਇੱਕ ਡਿਵਾਈਸ ਤੋਂ ਦੂਜੇ ਡਿਵਾਈਸ ਉੱਤੇ ਹੀ ਜਾ ਸਕਦਾ ਠੀਕ ਹੈ ਦੂਜੇ ਡਿਵਾਈਸ ਤੋਂ ਦੂਜੀ ਦਿਸ਼ਾ ਵਿੱਚੋਂ ਡਾਟਾ ਨਹੀਂ ਮੁੜ ਸਕਦਾ ਜਾਂ ਵਾਪਸ ਆ ਸਕਦਾ ਜਾਂ ਸੈਂਡ ਕੀਤਾ ਜਾ ਸਕਦਾ ਹਾਫ ਡੁਪਲੈਕਸ ਇਸ ਵਿੱਚ ਡਾਟਾ ਦੋਨੇ ਦਿਸ਼ਾਵਾਂ ਤੋਂ ਆ ਜਾ ਸਕਦਾ ਪਰ ਇੱਕ ਸਮੇਂ ਇੱਕੋ ਦਿਸ਼ਾ ਤੋਂ ਡਾਟਾ ਆਵੇਗਾ ਜਾਂ ਜਾਵੇਗਾ ਉਦਾਹਰਣ ਵਾਕੀ ਟੋਕੀ ਡਿਵਾਈਸਿਸ ਸਿਕਿਉਰਿਟੀ ਪਰਸਨਲ ਕੋਲੇ ਸਿਕਿਉਰਿਟੀ ਗਾਰਡਸ ਕੋਲੇ ਵਾਕੀ ਟੋਕੀ ਹੁੰਦੇ ਨੇ ਪੁਲਿਸ ਕੋਲੇ ਵਾਕੀ ਟੋਕੀ ਹੁੰਦੇ ਨੇ ਇਹਨਾਂ ਡਿਵਾਈਸਿਸ ਤੋਂ ਜਦੋਂ ਇੱਕ ਜਣਾ ਬੋਲਦਾ ਤਾਂ ਬਾਕੀਆਂ ਨੂੰ ਸੁਣਨਾ ਪੈਂਦਾ ਸੋ ਇੱਕ ਟਾਈਮ ਤੇ ਇੱਕ ਪਾਸੇ ਤੋਂ ਹੀ ਡਾਟਾ ਜਿਹੜਾ ਹੈ ਉਹ ਜਾ ਸਕਦਾ ਹੈ ਇੱਕ ਦਿਸ਼ਾ ਤੋਂ ਹੀ ਜਾ ਸਕਦਾ ਹੈ ਜਦੋਂ ਪਹਿਲੀ ਦਿਸ਼ਾ 'ਚੋਂ ਡਾਟਾ ਅ ਬੰਦ ਹੋ ਜਾਏਗਾ ਜਾਣਾ ਫਿਰ ਕੋਈ ਦੂਜੀ ਦਿਸ਼ਾ 'ਚੋਂ ਡਾਟਾ ਭੇਜ ਸਕਦਾ ਹੈ ਸੋ ਹਾਫ ਡੁਪਲੈਕਸ ਇਸ ਡਾਟਾ ਆ ਦੋਨੇ ਦਿਸ਼ਾਵਾਂ ਤੋਂ ਸਕਦਾ ਪਰ ਇੱਕ ਸਮੇਂ ਤੇ ਇੱਕ ਦਿਸ਼ਾ ਤੋਂ ਹੀ ਡਾਟਾ ਆਵੇਗਾ ਜਾਂ ਜਾਵੇਗਾ ਫੁੱਲ ਡੁਪਲੈਕਸ ਇਸ ਵਿੱਚ ਦੋਵੇਂ ਦਿਸ਼ਾਵਾਂ ਤੋਂ ਡਾਟਾ ਇੱਕੋ ਸਮੇਂ ਆ ਜਾ ਸਕਦਾ ਹੈ ਉਦਾਹਰਨ ਮੋਬਾਈਲ ਟੈਲੀਫੋਨ ਕਾਲ ਜਦੋਂ ਅਸੀਂ ਟੈਲੀਫੋਨ ਕਾਲ ਤੇ ਗੱਲ ਕਰਦੇ ਹਾਂ ਤਾਂ ਸਾਹਮਣੇ ਵਾਲਾ ਬੰਦਾ ਵੀ ਬੋਲ ਸਕਦਾ ਹੈ ਆਪਾਂ ਇਧਰੋਂ ਵੀ ਬੋਲ ਸਕਦੇ ਆ ਸੋ ਇੱਕੋ ਟਾਈਮ ਤੇ ਸਾਡੀ ਆਵਾਜ਼ ਆਪਸ ਵਿੱਚ ਜਿਹੜੀ ਹੈਗੀ ਆ ਇੱਕੋ ਸਮੇਂ ਤੇ ਆ ਜਾ ਸਕਦੀ ਹੈ ਸੋ ਫੁੱਲ ਡਿਪਲੈਕਸ ਦਾ ਮਤਲਬ ਹੈ ਵੀ ਇੱਕੋ ਸਮੇਂ ਤੇ ਜਿਹੜਾ ਡਾਟਾ ਹੈਗਾ ਉਹ ਦੋਨੇ ਦਿਸ਼ਾਵਾਂ ਤੋਂ ਆ ਸਕਦਾ ਹੈ ਜਿਸ ਤਰ੍ਹਾਂ ਕਿ ਹੁਣ ਇਹ ਲਾਈਵ ਸਟ੍ਰੀਮ ਹੋ ਰਹੀ ਹੈ ਇਹ ਕਿਸ ਦੀ ਉਦਾਹਰਣ ਹੈ ਇਹ ਸਿੰਪਲੈਕਸ ਮੋਡ ਦੀ ਉਦਾਹਰਣ ਹੈ ਮੈਂ ਹੀ ਬੋਲ ਰਿਹਾ ਤੁਹਾਡੇ ਵੱਲੋਂ ਬੋਲਿਆ ਹੋਇਆ ਇਸ ਦਿਸ਼ਾ ਵਿੱਚ ਕੁਝ ਨਹੀਂ ਆ ਸਕਦਾ ਵਨਵੇ ਕਮਿਊਨੀਕੇਸ਼ਨ ਹੈ ਮੇਰੀ ਹੀ ਲੈਪਟਾਪ ਦੀ ਸਕਰੀਨ ਸ਼ੇਅਰ ਹੋ ਰਹੀ ਹੈ ਮੈਂ ਹੀ ਬੋਲ ਰਿਹਾ ਹਾਂ ਤੁਸੀਂ ਮੈਨੂੰ ਹੀ ਦੇਖ ਰਹੇ ਹੋ ਮੇਰੀ ਹੀ ਆਵਾਜ਼ ਤੁਸੀਂ ਸੁਣ ਰਹੇ ਹੋ ਤੁਹਾਡੇ ਨਾ ਤਾਂ ਤੁਹਾਡੀ ਸਕਰੀਨ ਨਾ ਤੁਹਾਡੀ ਆਵਾਜ਼ ਮੈਨੂੰ ਸੁਣ ਸਕਦੀ ਹੈ ਸੋ ਇਟਸ ਵਨਵੇ ਕਮਿਊਨੀਕੇਸ਼ਨ ਸੋ ਸੰਚਾਰ ਮੋਡ ਕੀ ਹੈ ਇਸ ਦੀ ਕਿਸਮਾਂ ਨੂੰ ਪਰਿਭਾਸ਼ਿਤ ਕਰੋ ਹੁਣ ਤੱਕ ਇਹ ਆਪਾਂ ਨੇ ਜਿਹੜੇ ਕੁਐਸਚਨ ਪੜ੍ਹੇ ਆ ਸੰਚਾਰ ਮੋਡ ਕੀ ਹੈ ਕਮਿਊਨੀਕੇਸ਼ਨ ਮੋਡ ਤਿੰਨ ਕਿਸਮਾਂ ਨੇ ਸਿੰਪਲੈਕਸ ਹਾਫ ਟੂਪਲੈਕਸ ਫੁੱਲ ਟੂਪਲੈਕਸ ਈ-ਗਵਰਨੈਂਸ ਦੇ ਲਾਭ ਤੇ ਹਾਨੀਆਂ ਆਧਾਰ ਕਾਰਡ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਸੇਵਾ ਸੁਵਿਧਾ ਕੇਂਦਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਸੂਚੀ ਈ-ਗਵਰਨੈਂਸ ਤੋਂ ਕੀ ਭਾਵ ਹੈ ਇਸ ਦੀ ਕਾਰਜ ਪ੍ਰਣਾਲੀ ਬਾਰੇ ਆਪਾਂ ਸਮਝਿਆ ਜੇਕਰ ਤੁਹਾਡਾ ਇਹਨਾਂ ਕੁਐਸਚਨਸ ਬਾਰੇ ਕੋਈ ਕੁਐਰੀ ਹੈ ਕੋਈ ਡਾਊਟ ਹੈ ਤਾਂ ਪਲੀਜ਼ ਤੁਸੀਂ ਚੈਟ ਬਾਕਸ ਵਿੱਚ ਲਿਖੋ ਫਿਰ ਮੈਂ ਤੁਹਾਨੂੰ ਉਹ ਦੁਬਾਰਾ ਸਮਝਾ ਦੇਣਾ ਜੀ ਮੇਰੀ ਆਵਾਜ਼ ਆ ਰਹੀ ਹੈ ਤਾਂ ਬੇਟਾ ਚੈਟ ਬਾਕਸ 'ਚ ਮੈਨੂੰ ਰਿਸਪੌਂਸ ਦੋ ਵੀ ਇਹਨਾਂ ਕੁਐਸਚਨਜ਼ ਬਾਰੇ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਠੀਕ ਹੈ ਬੇਟਾ ਇੱਕ ਬੱਚੇ ਨੇ ਰਿਸਪਾਂਸ ਕੀਤਾ ਹੋਰ ਕੋਈ ਬੱਚਾ ਜਿਹੜਾ ਇਹਨਾਂ ਕੁਐਸਚਨਸ ਬਾਰੇ ਜੇ ਕਿਸੇ ਦਾ ਡਾਊਟ ਹੈ ਤਾਂ ਮੈਨੂੰ ਪੁੱਛੋ ਪਲੀਜ਼ ओके बेटा फिर आज दी क्लास ਲਈ ਐਨੇ ਕੁਐਸਚਨ ਹੀ ਬਹੁਤ ਹੈ ਫਿਰ ਆਪਾਂ ਨੈਕਸਟ ਲੈਕਚਰ ਵਿੱਚ ਹੋਰ ਕੁਐਸਚਨਸ ਪੜਾਂਗੇ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਆਪਾਂ ਜੇ ਪੇਪਰ ਸਟਰਕਚਰ ਦੇਖੀਏ ਤੁਸੀਂ ਇਸ ਲਿੰਕ ਤੋਂ ਜਿਹੜਾ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਪਾਇਆ ਆ ਸਟ੍ਰਕਚਰ ਇਸ ਲਿੰਕ ਤੋਂ ਜਿਹੜਾ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਸਟ੍ਰਕਚਰ ਆਫ ਕੁਐਸਚਨ ਪੇਪਰ ਨੂੰ ਓਪਨ ਕਰ ਸਕਦੇ ਹੋ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ 6 ਨੰਬਰ ਵਾਲੇ ਕੁਐਸਚਨ ਤੁਹਾਨੂੰ 7th ਚੈਪਟਰ ਤੇ 3rd ਚੈਪਟਰ ਚੋਂ ਹੀ ਆਣੇ ਆ ਸੋ ਅਸੀਂ ਕੁਝ 7th ਚੈਪਟਰ ਦੇ ਕੁਐਸਚਨਸ ਅੱਜ 6 ਨੰਬਰ ਵਾਲੇ ਪੜ੍ਹੇ ਐ ਜੇ ਮੈਂ ਤੁਹਾਨੂੰ 1 2 ਦੋ ਕੁਐਸਚਨ ਮੈਂ ਤੁਹਾਨੂੰ ਹੋਰ ਸਮਝਾ ਦੇਣਾ ਫਿਰ ਇਦਾਂ ਹੋ ਜਾਊਗਾ ਵੀ ਆਪਣਾ ਥੋੜਾ ਜਿਹਾ ਜ਼ਿਆਦਾ ਕੰਟੈਂਟ ਕਵਰ ਹੋ ਜਾਊਗਾ ਨੈਟਵਰਕ ਡਿਵਾਈਸਸ ਕੀ ਹੁੰਦੇ ਨੇ ਕਿਸੇ ਤਿੰਨ ਨੈਟਵਰਕ ਡਿਵਾਈਸਸ ਦਾ ਵਰਣਨ ਕਰੋ ਨੈਟਵਰਕ ਡਿਵਾਈਸਸ ਉਹ ਡਿਵਾਈਸਸ ਹੁੰਦੇ ਨੇ ਜੋ ਨੈਟਵਰਕ ਨੂੰ ਬਣਾਉਣ ਵਿੱਚ ਵਰਤੇ ਜਾਂਦੇ ਨੇ ਕੰਪਿਊਟਰ ਨੈਟਵਰਕ ਨੂੰ ਐਸਟੈਬਲਿਸ਼ ਕਰਨ ਵਿੱਚ ਜਿਹੜੇ ਡਿਵਾਈਸਸ ਵਰਤੇ ਜਾਂਦੇ ਨੇ ਉਹਨਾਂ ਨੂੰ ਨੈਟਵਰਕ ਡਿਵਾਈਸਸ ਕਹਿੰਦੇ ਨੇ ਜਿਹੜੇ ਯੰਤਰ ਨੈਟਵਰਕ ਦੇ ਕੰਮ ਕਰਨ ਵਿੱਚ ਸਹਾਇੀ ਹੁੰਦੇ ਨੇ ਮਦਦ ਕਰਦੇ ਨੇ ਇਹਨਾਂ ਨੂੰ ਨੈਟਵਰਕਿੰਗ ਹਾਰਡਵੇਅਰ ਵੀ ਕਿਹਾ ਜਾਂਦਾ ਹੈ ਨੈਟਵਰਕ ਡਿਵਾਈਸਸ ਵੀ ਕਿਹਾ ਜਾਂਦਾ ਹੈ ਨੈਟਵਰਕਿੰਗ ਹਾਰਡਵੇਅਰ ਵੀ ਕਿਹਾ ਜਾਂਦਾ ਹੈ ਇਹ ਫਿਜ਼ੀਕਲ ਡਿਵਾਈਸ ਹੁੰਦੇ ਨੇ ਫਿਜ਼ੀਕਲ ਭੌਤਿਕ ਯੰਤਰ ਹੁੰਦੇ ਨੇ ਜੋ ਕੰਪਿਊਟਰ ਨੈਟਵਰਕ ਵਿੱਚ ਡਿਵਾਈਸਿਸ ਨੂੰ ਆਪਸ ਵਿੱਚ ਜੋੜਨ ਡਾਟਾ ਦੀ ਸ਼ੇਅਰਿੰਗ ਕਰਨ ਆਦਾਨ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਨੇ ਆਮ ਕਰਕੇ ਇਹ ਬਿਜਲੀ ਨਾਲ ਚੱਲਦੇ ਨੇ ਉਦਾਹਰਨ ਹੱਬ ਸਵਿਚ ਰੌਟਰ ਤਿੰਨ ਇਹਨਾਂ ਦੀਆਂ ਉਦਾਹਰਨਾਂ ਆਪਾਂ ਯਾਦ ਕਰਨੀਆਂ ਨੇ ਹੱਬ ਸਵਿਚ ਰੌਟਰ ਉਹ ਡਿਵਾਈਸਿਸ ਉਹ ਫਿਜ਼ੀਕਲ ਡਿਵਾਈਸਿਸ ਜਿਹੜੇ ਕੰਪਿਊਟਰ ਨੈਟਵਰਕ ਨੂੰ ਵਰਕ ਕਰਨ ਵਿੱਚ ਐਸਟੈਬਲਿਸ਼ ਕਰਨ ਵਿੱਚ ਪਾਪ ਬਣਾਉਣ ਵਿੱਚ ਅਤੇ ਚੱਲਣ ਵਿੱਚ ਮਦਦ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਨੈੱਟਵਰਕ ਡਿਵਾਈਸੇਸ router ਆਪਣੇ ਆਮ ਘਰੇ ਹੁੰਦਾ ਜਦੋਂ ਅਸੀਂ ਇੰਟਰਨੈਟ ਦਾ ਕਨੈਕਸ਼ਨ ਲਵਾਉਂਦੇ ਆ ਹੱਬ ਜਾਂ ਸਵਿਚ ਤੁਹਾਡੇ ਸਕੂਲ ਦੀ ਕੰਪਿਊਟਰ ਲੈਬ ਵਿੱਚ ਜ਼ਰੂਰ ਵਰਤੋ ਵਿੱਚ ਹੋਊਗੀ ਹੱਬ ਬਿਲਕੁਲ ਬੇਸਿਕ ਡਿਵਾਈਸ ਹੁੰਦਾ ਨੈਟਵਰਕਿੰਗ ਦਾ ਸਵਿਚ ਉਸ ਨਾਲੋਂ ਬੈਟਰ ਹੈ router ਸਵਿਚ ਨਾਲੋਂ ਵੀ ਬੈਟਰ ਹੁੰਦਾ ਡਿਪੈਂਡ ਕਰਦਾ ਹੈ ਮਾਡਲ ਕਿਹੜਾ ਯੂਜ਼ ਕਰ ਰਹੇ ਹੈ ਫਿਰ ਅਨਗਾਈਡਡ ਮੀਡੀਆ ਕੀ ਹੁੰਦਾ ਹੈ ਕਿਸੇ ਦੋ ਮੀਡੀਆ ਬਾਰੇ ਲਿਖੋ ਅਨਗਾਈਡਡ ਤੇ ਗਾਈਡਡ ਅਨਗਾਈਡਡ ਦਾ ਮਤਲਬ ਹੈ ਜਿਹਦੇ ਵਿੱਚ 에ਅ ਬਾਈ 에ਅਰ ਕਮਿਊਨੀਕੇਟ ਕੀਤਾ ਜਾਂਦਾ ਹੈ ਡਾਟੇ ਦਾ ਅਰਦਾਨ ਪ੍ਰਦਾਨ ਦਾ ਮਾਧਿਅਮ ਹਵਾ ਹੁੰਦਾ ਹੈ ਜਿਸ ਦੀ ਅਸੀਂ ਕੋਈ ਇੱਕ ਦਿਸ਼ਾ ਨਹੀਂ ਦੱਸ ਸਕਦੇ ਅਨਗਾਈਡਡ ਗਾਈਡਡ ਲਬਜ ਹੁੰਦਾ ਹੈ ਜਿਹਦੇ ਵਿੱਚ ਤਾਰਾਂ ਵਰਤੀਆਂ ਜਾਂਦੀਆਂ ਨੇ ਬਸ ਇਹ ਕਲੀਅਰ ਕਰ ਲਓ ਤੁਹਾਨੂੰ ਆਨਸਰ ਯਾਦ ਹੋ ਜਾਊਗਾ ਅਨਗਾਈਡਡ ਹਵਾ ਦਾ ਮਾਧਿਅਮ ਹੈ ਗਾਈਡਡ ਜਿਸ ਵਿੱਚ ਤਾਰਾਂ ਵਰਤੀਆਂ ਜਾਂਦੀਆਂ ਨੇ ਸੋ ਜਦੋਂ ਦੋ ਡਿਵਾਈਸਸ ਕੇਬਲ ਦੇ ਥਰੂ ਵਾਇਰਸ ਦੇ ਥਰੂ ਕਮਿਊਨੀਕੇਟ ਕਰਦੇ ਨੇ ਡਾਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕੇਬਲਸ ਜਾਂ ਵਾਇਰਸ ਦੇ ਥਰੂ ਜਾਂਦਾ ਤਾਂ ਉਹ ਗਾਈਡਡ মিডিਆ ਹੈ ਕਿਉਂਕਿ ਉਹਦੇ ਵਿੱਚ ਤਾਰਾਂ ਵਰਤ ਯੂਜ਼ ਹੋ ਰਹੀਆਂ ਜਿਸ ਵਿੱਚ ਤਾਰਾਂ ਨਹੀਂ ਵਰਤਿਆ ਜਾਂਦੀਆਂ ਭਾਵ ਹਵਾ ਜ਼ਰੀਏ ਕਮਿਊਨੀਕੇਸ਼ਨ ਹੁੰਦੀ ਹੈ ਉਹ ਅਨਗਾਈਡਡ মিডিਆ ਹੁੰਦਾ ਸੋ ਸਾਡਾ ਪ੍ਰਸ਼ਨ ਹੈ ਅਨਗਾਈਡਡ মিডিਆ ਕੀ ਹੁੰਦਾ ਕਿਸੇ ਦੋ মিডিਆ ਬਾਰੇ ਲਿਖੋ ਅਨਗਾਈਡਡ মিডিਆ ਵਿੱਚ ਵਾਇਰਲੈਸ ਹਵਾ ਦਾ ਮਾਧਿਅਮ ਟੈਕਨੋਲੋਜੀ ਵਰਤੀ ਜਾਂਦੀ ਹੈ ਅਨ ਗਾਈਡਡ ਮੀਡੀਆ ਵਿੱਚ ਵਾਇਰਲੈਸ ਹਵਾ ਦਾ ਮਾਧਿਅਮ ਵਾਇਰਲੈਸ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਡਾਟੇ ਨੂੰ ਭੇਜਣ ਜਾਂ ਪ੍ਰਾਪਤ ਕਰਨ ਲਈ ਤਾਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਇਹ ਰੋਸ਼ਨੀ ਜਾਂ ਇਲੈਕਟ੍ਰੋਮੈਗਨੇਟਿਕ ਤਰੰਗਾਂ ਦੀ ਵਰਤੋਂ ਕਰਦੇ ਨੇ ਰੋਸ਼ਨੀ ਲਾਈਟ ਜਾਂ ਇਲੈਕਟ੍ਰੋਮੈਗਨੇਟਿਕ ਵੇਵਸ ਦੀ ਵਰਤੋਂ ਕੀਤੀ ਜਾਂਦੀ ਹੈ ਜਿੱਦਾਂ ਸਾਡਾ ਮੋਬਾਈਲ ਹੈ ਜਿਹੜਾ ਇਹ ਸਿਗਨਲ ਪ੍ਰਾਪਤ ਕਰਦਾ ਹੈ ਮੋਬਾਈਲ ਟਾਵਰ ਤੋਂ ਬਾਇਅਰ वाईफाई सिस्टम ਸਾਡੇ ਕੰਪਿਊਟਰ ਮੋਬਾਈਲ ਕਰਦੇ ਰਾਊਟਰ ਤੋਂ ਵਾਈਫਾਈ ਦੇ ذریعے ਹਵਾ ਦੇ ذریعے ਇੰਟਰਨੈਟ ਦਾ ਕਨੈਕਸ਼ਨ ਡਾਟੇ ਦਾ ਕਨੈਕਸ਼ਨ ਐਸਟੈਬਲਿਸ਼ ਹੁੰਦਾ ਆ ਇਹ ਸਾਰਾ ਅਨਗਾਈਡਡ ਮੀਡੀਆ ਆ ਅਨਗਾਈਡਡ ਮੀਡੀਆ ਦੀ ਦਿਸ਼ਾ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਹਵਾ ਮਾਰਗ ਦੀ ਵਰਤੋਂ ਕਰਦਾ ਹੈ ਹਵਾ ਮਾਰਗ ਦੀ ਵਰਤੋਂ ਕਰਦਾ ਹੈ ਗੱਲਾਂ ਉਹੀ ਨੇ ਵਾਈਫਾਈ ਬਲੂਟੁੱਥ ਬਲੂਟੂਥ ਸਪੀਕਰ ਹੁੰਦੇ ਆ ਹੈੱਡਫੋਨਸ ਹੁੰਦੇ ਆ ਸਾਡੇ ਮੋਬਾਈਲ ਤੋਂ ਗਾਣੇ ਚੱਲ ਪੈਂਦੇ ਆ ਹੈੱਡਫੋਨਸ ਤੇ ਜਾਂ ਬਲੂਟੂਥ ਸਪੀਕਰ ਤੇ ਹਵਾ ਦਾ ਸਿਗਨਲ ਪਹੁੰਚਾਉਣ ਲਈ ਹਵਾ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਤਾਰ ਨਹੀਂ ਹੁੰਦੀ ਟੀਵੀ ਦਾ ਰਿਮੋਟ ਟੀਵੀ ਦੇ ਰਿਮੋਟ ਤੋਂ ਕਮਾਂਡ ਟੀਵੀ ਤੱਕ ਚਲੀ ਜਾਂਦੀ ਹੈ ਦੋ ਡਿਵਾਈਸਸ ਆਪਸ ਵਿੱਚ ਕਮਿਊਨੀਕੇਟ ਕਰ ਰਹੇ ਆ ਰਿਮੋਟ ਤੇ ਟੀਵੀ ਪਰ ਕੋਈ ਤਾਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸੋ ਇਹ ਉਦਾਹਰਨਾਂ ਨੇ ਐਗਜ਼ਾਮਪਲ ਦੇਣੀ ਜਿੱਥੇ ਪੋਸੀਬਲ ਐਗਜ਼ਾਮਪਲ ਦਿਓ ਐਗਜ਼ਾਮਪਲ ਨਾਲ ਤੁਹਾਨੂੰ ਪੂਰੇ ਨੰਬਰ ਮਿਲਣਗੇ ਬੇਟਾ ਅਨ ਗਾਈਡਡ মিডিਆ ਕੀ ਹੁੰਦਾ ਹੈ ਕੋਈ ਦੋ ਗਾਈਡਡ ਦੋ মিডিਆ ਬਾਰੇ ਦੋ ਆਪਾਂ ਨੇ ਇਹ ਪੜ ਲਿਆ ਹੈ ਨੈਟਵਰਕ ਯੰਤਰ ਕੀ ਨੇ ਆਪਾਂ ਨੇ ਇਹ ਪੜ ਲਿਆ ਹੈ ਸੋ ਅੱਜ ਦੀ ਕਲਾਸ ਲਈ ਇੰਨਾ ਹੀ ਅਗਲੀ ਕਲਾਸ ਜਦੋਂ ਅਸੀਂ ਆਨਲਾਈਨ ਲਗਾਵਾਂਗੇ ਤਾਂ ਫਿਰ ਅਸੀਂ ਕੁਝ ਕੁਐਸਚਨਸ ਇਹਨਾਂ ਦੀ ਰਿਪੀਟ ਕਰਾਂਗੇ ਆਪਾਂ ਦੁਹਰਾਈ ਕਰਾਂਗੇ ਤੇ ਕੁਝ ਨਵੇਂ ਕੁਐਸਚਨਸ ਪੜਾਂਗੇ ਸੂ ਸਾਰੇ ਬੱਚਿਆਂ ਦਾ ਅੱਜ ਦੀ ਆਨਲਾਈਨ ਕਲਾਸ اٹੈਂਡ ਕਰਨ ਲਈ ਤੇ ਪ੍ਰਸ਼ਨਾਂ ਨੂੰ ਸਿੱਖਣ ਲਈ ਥੈਂਕ ਯੂ ਵੈਰੀ ਮਚ ਤੁਸੀਂ ਇਸ ਪੀਡੀਐਫ ਨੂੰ ਉਸ ਲਿੰਕ ਤੋਂ ਡਾਊਨਲੋਡ ਕਰ ਲਿਓ ਇਸ ਸਟ੍ਰੀਮਿੰਗ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਲਿੰਕ ਹੈ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਪੜੋ ਪ੍ਰਸ਼ਨਾਂ ਨੂੰ ਦੇ ਉੱਤਰਾਂ ਨੂੰ ਲਾਈਨ ਬਾਈ ਲਾਈਨ ਲਿਖਣਾ ਹੈਗਾ ਪੈਰਾਗ੍ਰਾਫ ਚ ਨਾ ਲਿਖੋ ਲਾਈਨ ਬਾਈ ਲਾਈਨ ਜਦੋਂ ਤੁਸੀਂ ਲਿਖੋਗੇ ਤਾਂ ਨੰਬਰ ਜ਼ਿਆਦਾ ਮਿਲਣ ਦੇ ਚਾਂਸ ਹੁੰਦੇ ਐ ਤੇ ਅਨਸਰ ਦਾ ਸਾਈਜ਼ ਵੀ ਜਿਹੜਾ ਹੈਗਾ ਕੰਟੈਂਟ ਵੀ ਜਿਹੜਾ ਹੈਗਾ ਉਹ ਵਾਈਡ ਹੋ ਜਾਂਦਾ ਆ ਵੱਧ ਜਾਂਦਾ ਆ ਤੇ ਪੁਆਇੰਟਸ ਵਿੱਚ ਨੰਬਰ ਜ਼ਿਆਦਾ ਮਿਲਦੇ ਐ ਐਗਜ਼ਾਮਪਲ ਜਿੱਥੇ ਦੇਵੋਗੇ ਉੱਥੇ ਨੰਬਰ ਜ਼ਿਆਦਾ ਮਿਲਣਗੇ ਕੋਈ ਡਾਇਗ੍ਰam ਡਰਾ ਕਰੋਗੇ ਤਾਂ ਬੱਚੇ ਉੱਥੇ ਵੀ ਤੁਹਾਨੂੰ ਨੰਬਰ ਜਿਹੜੇ ਹੈਗੇ ਆ ਉਹ ਜ਼ਿਆਦਾ ਮਿਲਣਗੇ ਕੁਐਸਚਨਸ ਹਮੇਸ਼ਾ ਸੀਰੀਜ਼ ਚ ਕਰਨੇ ਐ ਸੀਰੀਜ਼ ਨਹੀਂ ਤੋੜਨੀ ਹੈਗੀ ਸੋ ਬੈਸਟ ਆਫ ਲੱਕ ਦੀਵਾਲੀ ਦੀਆਂ ਸਾਰਿਆਂ ਨੂੰ ਵਧਾਈਆਂ ਆਪਾਂ ਫੇਰ ਕਿਸੇ ਵਰਕਿੰਗ ਡੇ ਵਾਲੇ ਦਿਨ ਦੁਬਾਰਾ ਆਨਲਾਈਨ ਜੁੜਾਂਗੇ ਤੇ ਮੈਂ ਤੁਹਾਨੂੰ ਬਾਕੀ ਕੁਐਸਚਨ ਸਮਝਾਉਂਗਾ ਤੇ ਕੁਝ ਕੰਪਿਊਟਰ ਦੀਆਂ ਹੋਰ ਟਿਪਸ ਵੀ ਦਊਂਗਾ ਸੋ ਇਸ ਲਾਈਵ ਸਟ੍ਰੀਮ ਵਿੱਚ ਜੁੜਨ ਲਈ ਥੈਂਕ ਯੂ ਵੈਰੀ ਮੱਚ ਤੁਸੀਂ ਹੁਣ ਕਲਾਸਰੂਮ ਆਫ ਕਰਕੇ ਜਾ ਸਕਦੇ ਹੋ ਥੈਂਕ ਯੂ